ਨਵੰਬਰ 2022 ਤੋਂ ਅਸੀਂ ਮੈਂ ਔਰ ਇੰਜੀਨੀਅਰ ਕਪਿਲ ਅਰੋੜਾ ਪਟੀਸ਼ਨ ਲੈ ਕੇ ਗਏ ਹੋਏ ਹਾਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਵਿੱਚ ਜੀ ਕਿ ਨਹਿਰ ਦੇ ਵਿੱਚ ਗੰਦ ਪੈ ਰਿਹਾ, ਕੂੜਾ ਕਰਕਟ ਡਿੱਗ ਰਿਹਾ ਔਰ ਨਹਿਰ ਦੇ ਕੰਢੇ ਦੇ ਉੱਤੇ ਸਦਵਾ ਨਹਿਰ ਦੇ ਕੰਢੇ ਦੇ ਉੱਤੇ ਆਹ ਕੂੜੇ ਦੇ ਡੰਪ ਹੈਗਾ, ਜਿਸ ਕਰਕੇ ਨਹਿਰ ਦੇ ਵਿੱਚ ਰਹਿੰਦ ਖੂੰਹਦ ਡਿੱਗ ਰਹੀ ਹੈ। ਜਿਸ ਇਸ ਚੀਜ਼ ਨੂੰ ਦੂਰ ਕਰਵਾਇਆ ਜਾਵੇ, ਕਿਉਂਕਿ ਜੇਕਰ ਨਾ ਹੁਣ ਕੁਛ ਕੀਤਾ ਗਿਆ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਜਿਸ ਤਰ੍ਹਾਂ ਬੁੱਢੇ ਦਰਿਆ ਨੂੰ ਗੰਦਾ ਨਾਲਾ ਬਣਾ ਦਿੱਤਾ ਗਿਆ, ਸਿਧਵਾਂ ਨਹਿਰ ਵੀ ਗੰਦਾ ਨਾਲਾ ਬਣ ਜੂਗੀ ਜੀ। ਇਸ ਚੀਜ਼ ਨੂੰ ਲੈ ਕੇ ਗਏ ਸੀਗੇ ਪਰ ਨਗਰ ਨਿਗਮ ਵੱਲੋਂ ਕੋਈ ਠੋਸ ਉਪਰਾਲਾ ਨਾ ਕਰਨ ਕਰਕੇ ਨਾ ਇਹਨਾਂ ਨੇ ਪ੍ਰੋਪਰ ਜਵਾਬ ਦਿੱਤਾ, ਇਸ ਕਰਕੇ ਆਹ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ 25,000 ਰੁਪਇਆ ਜੁਰਮਾਨਾ। ਸਰ ਪਹਿਲਾਂ ਵੀ ਨਗਰ ਨਿਗਮ ਨੇ ਮੁਹਿੰਮ ਸ਼ੁਰੂ ਕੀਤੀ ਸੀਗੀ ਨਹਿਰ ਸਾਫ਼ ਕਰਨ ਦੀ, ਬਹੁਤ ਪਿੱਛੋਂ ਕੀਤੀ ਵੀ ਸੀਗੀ, ਤਾਂ ਅੱਗੇ ਕਿਉਂ ਨਹੀਂ ਫਿਰ ਕਰ ਪਾਈ? ਆਹ ਇਹਨਾਂ ਨੇ ਸ਼ੁਰੂ ਕੀਤੀ ਸੀ ਡਾਊਨ ਸਟ੍ਰੀਮ ਵੱਲੋਂ, ਜਦੋਂ ਕਿ ਸ਼ੁਰੂ ਕੀਤੀ ਜਾਣੀ ਸੀ ਚਾਹੀਦੀ ਸੀਗੀ ਅਪਸਟ੍ਰੀਮ ਵੱਲੋਂ, ਡਾਊਨ ਸਟ੍ਰੀਮ ਵੱਲ ਨੂੰ ਜਾਣਾ ਚਾਹੀਦਾ ਸੀਗਾ। ਜਿਹੜੇ ਏਰੀਆ ਦੇ ਵਿੱਚ ਜ਼ਿਆਦਾ ਕੂੜਾ ਕਰਕਟ ਸਿੱਟਿਆ ਜਾ ਰਿਹਾ ਸੀਗਾ ਉਸ ਏਰੀਆ ਦੇ ਵਿੱਚ ਸਫਾਈ ਕੀਤੀ ਹੀ ਨਹੀਂ ਸੀ, ਪਿੱਛੇ ਪਿੱਛੇ ਹੀ ਨਹਿਰ ਦੇ ਇਹ ਕਰਦੇ ਰਹੇ। ਉਨੀ ਦੇਰ ਦੇ ਵਿੱਚ ਨਹਿਰ ਦੁਬਾਰਾ ਚਾਲੂ ਹੋ ਗਈ, ਦੋ ਵਾਰ ਦੁਬਾਰਾ ਵੀ ਬੰਦੀ ਹੋਈ, ਪਰ ਉਸ ਟਾਈਮ ਦੇ ਵਿੱਚ ਇਹਨਾਂ ਨੇ ਬਾਕੀ ਦੇ ਏਰੀਆ ਦੀ ਸਫਾਈ ਨਹੀਂ ਕੀਤੀ। ਔਰ ਹੁਣ ਤਰੀਕ ਜਦੋਂ ਨਗਰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਵਿੱਚ ਤਰੀਕ ਸੀਗੀ, ਉਸ ਤੋਂ 4-5 ਦਿਨ ਪਹਿਲਾਂ ਇਹਨਾਂ ਨੇ ਸਫਾਈ ਸ਼ੁਰੂ ਕੀਤੀ, ਜਦੋਂ ਕਿ ਇਹ ਅਗਸਤ ਦੇ ਵਿੱਚ ਇਹ ਕਹਿੰਦੇ ਸੀਗੇ ਕਿ 90% ਅਸੀਂ ਨੇ ਨਹਿਰ ਸਾਫ਼ ਕਰ ਦਿੱਤੀ ਹੈ ਔਰ 10% ਅਗਲੀ ਤਰੀਕ ਤੋਂ ਪਹਿਲਾਂ ਅਸੀਂ ਪਹਿਲਾਂ ਹੀ ਕਰ ਦੇਵਾਂਗੇ, ਔਰ ਜਿਹੜਾ ਨਹਿਰ ਦੇ ਕਿਨਾਰੇ ਦੇ ਉੱਤੇ ਕੂੜੇ ਦਾ ਡੰਪ ਲੱਗਿਆ ਹੋਇਆ ਉਹ ਅਸੀਂ ਦੂਰ ਕਰ ਦੇਵਾਂਗੇ। ਉਸ ਚੀਜ਼ ਦੀ ਅਵਹੇਲਣਾ ਕਰਨ ਕਰਕੇ ਨਗਰ ਨਿਗਮ ਨੂੰ 25,000 ਰੁਪਇਆ ਜੁਰਮਾਨਾ। ਕਦੋਂ ਕੇਸ ਪਾਇਆ ਸੀ ਤੁਸੀਂ ਅਤੇ ਕਿੱਦਾਂ ਕਿੱਦਾਂ ਤਰੀਕਾਂ ਪਈਆਂ ਅਤੇ ਇੱਥੋਂ ਅਫਸਰ ਕਿਹੜੇ ਉੱਥੇ ਪੇਸ਼ ਹੁੰਦੇ ਰਹੇ ਨੇ? ਨਗਰ ਨਿਗਮ ਵੱਲੋਂ ਨਵੰਬਰ 2022 ਤੋਂ ਹੀ ਪੇਸ਼ ਹੁੰਦੇ ਰਹੇ ਨੇ ਅਫਸਰ, ਪਿਛਲੀ ਤਰੀਕ 'ਤੇ ਔਰ ਇਸ ਤਰੀਕ 'ਤੇ ਸ਼੍ਰੀ ਸੰਦੀਪ ਰਿਸ਼ੀ ਜੀ ਖੁਦ ਪੇਸ਼ ਹੋਏ ਪਰਸਨਲੀ, ਔਰ ਪਿਛਲੀ ਵਾਰ ਸੰਦੀਪ ਰਿਸ਼ੀ ਜੀ ਉਹਨਾਂ ਨੇ ਅਸ਼ੋਰੈਂਸ ਦਿੱਤੀ ਸੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੂੰ ਕਿ ਅਸੀਂ ਕੂੜੇ ਦਾ ਡੰਪ ਸ਼ਿਫਟ ਕਰ ਦੇਵਾਂਗੇ, ਇਹ ਨਹਿਰ ਦੇ ਕੰਢੇ ਦੇ ਉੱਤੇ ਕੋਈ ਕੂੜੇ ਦਾ ਡੰਪ ਨਹੀਂ ਰੋਕੂ। ਸਰ ਹੁਣ ਅਗਲੀ ਕੀ ਕਾਰਵਾਈ ਰਹੇਗੀ ਜੇ ਫਿਰ ਵੀ ਹੁਣ ਕਾਰਪੋਰੇਸ਼ਨ ਨਹੀਂ ਕੰਮ ਕਰਦੀ ਤਾਂ ਅਗਲੀ ਕੀ? ਤਾਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਇਸ ਮੁਲਕ ਦੀ ਸਭ ਤੋਂ ਉੱਪਰਲੀ ਬਾਡੀ ਹੈ ਵਾਤਾਵਰਨ ਦੇ ਮਾਮਲੇ ਦੇ ਵਿੱਚ, ਉਹ ਸਖ਼ਤ ਹੁੰਦੀ ਜਾਊਗੀ, ਉਹ ਦੇਖਣਗੇ ਕਿ ਕੀ ਕਰਨਾ ਬਣਦਾ ਜੀ। ਸਰ ਤੁਹਾਡਾ ਨਾਮ ਅਤੇ ਡੈਸਟੀਨੇਸ਼ਨ? ਕੁਲਦੀਪ ਸਿੰਘ ਖਹਿਰਾ ਮੇਰਾ ਨਾਮ ਹੈ ਜੀ, ਪਬਲਿਕ ਐਕਸ਼ਨ ਕਮੇਟੀ ਦਾ ਮੈਂ ਮੈਂਬਰ। ਨਵੰਬਰ 2022 ਤੋਂ ਅਸੀਂ ਮੈਂ ਔਰ ਇੰਜੀਨੀਅਰ ਕਪਿਲ ਅਰੋੜਾ ਪਟੀਸ਼ਨ ਲੈ ਕੇ ਗਏ ਹੋਏ ਹਾਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਵਿੱਚ ਜੀ ਕਿ ਨਹਿਰ ਦੇ ਵਿੱਚ ਗੰਦ ਪੈ ਰਿਹਾ, ਕੂੜਾ ਕਰਕਟ ਡਿੱਗ ਰਿਹਾ ਔਰ ਨਹਿਰ ਦੇ ਕੰਢੇ ਦੇ ਉੱਤੇ ਸਦਵਾ ਨਹਿਰ ਦੇ ਕੰਢੇ ਦੇ ਉੱਤੇ ਆਹ ਕੂੜੇ ਦੇ ਡੰਪ ਹੈਗਾ, ਜਿਸ ਕਰਕੇ ਨਹਿਰ ਦੇ ਵਿੱਚ ਰਹਿੰਦ ਖੂੰਹਦ ਡਿੱਗ ਰਹੀ ਹੈ। ਜਿਸ ਇਸ ਚੀਜ਼ ਨੂੰ ਦੂਰ ਕਰਵਾਇਆ ਜਾਵੇ, ਕਿਉਂਕਿ ਜੇਕਰ ਨਾ ਹੁਣ ਕੁਛ ਕੀਤਾ ਗਿਆ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਜਿਸ ਤਰ੍ਹਾਂ ਬੁੱਢੇ ਦਰਿਆ ਨੂੰ ਗੰਦਾ ਨਾਲਾ ਬਣਾ ਦਿੱਤਾ ਗਿਆ, ਸਿਧਵਾਂ ਨਹਿਰ ਵੀ ਗੰਦਾ ਨਾਲਾ ਬਣ ਜੂਗੀ ਜੀ। ਇਸ ਚੀਜ਼ ਨੂੰ ਲੈ ਕੇ ਗਏ ਸੀਗੇ ਪਰ ਨਗਰ ਨਿਗਮ ਵੱਲੋਂ ਕੋਈ ਠੋਸ ਉਪਰਾਲਾ ਨਾ ਕਰਨ ਕਰਕੇ ਨਾ ਇਹਨਾਂ ਨੇ ਪ੍ਰੋਪਰ ਜਵਾਬ ਦਿੱਤਾ, ਇਸ ਕਰਕੇ ਆਹ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ 25,000 ਰੁਪਇਆ ਜੁਰਮਾਨਾ ਕੀਤਾ।
ਸਰ ਪਹਿਲਾਂ ਵੀ ਨਗਰ ਨਿਗਮ ਨੇ ਮੁਹਿੰਮ ਸ਼ੁਰੂ ਕੀਤੀ ਸੀਗੀ ਨਹਿਰ ਸਾਫ਼ ਕਰਨ ਦੀ, ਬਹੁਤ ਪਿੱਛੇ ਉਹ ਕੀਤੀ ਵੀ ਸੀਗੀ, ਤਾਂ ਅੱਗੇ ਕਿਉਂ ਨਹੀਂ ਫਿਰ ਕਰ ਪਾਈ? ਆਹ ਇਹਨਾਂ ਨੇ ਸ਼ੁਰੂ ਕੀਤੀ ਸੀ ਡਾਊਨ ਸਟ੍ਰੀਮ ਵੱਲੋਂ, ਜਦੋਂ ਕਿ ਸ਼ੁਰੂ ਕੀਤੀ ਜਾਣੀ ਸੀ ਚਾਹੀਦੀ ਸੀਗੀ ਅਪਸਟ੍ਰੀਮ ਵੱਲੋਂ, ਡਾਊਨ ਸਟ੍ਰੀਮ ਵੱਲ ਨੂੰ ਜਾਣਾ ਚਾਹੀਦਾ ਸੀਗਾ। ਜਿਹੜੇ ਏਰੀਆ ਦੇ ਵਿੱਚ ਜ਼ਿਆਦਾ ਕੂੜਾ ਕਰਕਟ ਸਿੱਟਿਆ ਜਾ ਰਿਹਾ ਸੀਗਾ, ਉਸ ਏਰੀਆ ਦੇ ਵਿੱਚ ਸਫਾਈ ਕੀਤੀ ਹੀ ਨਹੀਂ ਸੀ, ਪਿੱਛੇ ਪਿੱਛੇ ਹੀ ਨਹਿਰ ਦੇ ਇਹ ਕਰਦੇ ਰਹੇ। ਉਨੀ ਦੇਰ ਦੇ ਵਿੱਚ ਨਹਿਰ ਦੁਬਾਰਾ ਚਾਲੂ ਹੋ ਗਈ, ਦੋ ਵਾਰ ਦੁਬਾਰਾ ਵੀ ਬੰਦੀ ਹੋਈ, ਪਰ ਉਸ ਟਾਈਮ ਦੇ ਵਿੱਚ ਇਹਨਾਂ ਨੇ ਬਾਕੀ ਦੇ ਏਰੀਆ ਦੀ ਸਫਾਈ ਨਹੀਂ ਕੀਤੀ। ਔਰ ਹੁਣ ਤਰੀਕ ਜਦੋਂ ਨਗਰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਵਿੱਚ ਤਰੀਕ ਸੀਗੀ, ਉਸ ਤੋਂ 4-5 ਦਿਨ ਪਹਿਲਾਂ ਇਹਨਾਂ ਨੇ ਸਫਾਈ ਸ਼ੁਰੂ ਕੀਤੀ, ਜਦੋਂ ਕਿ ਇਹ ਅਗਸਤ ਦੇ ਵਿੱਚ ਇਹ ਕਹਿੰਦੇ ਸੀਗੇ ਕਿ 90% ਅਸੀਂ ਨੇ ਨਹਿਰ ਸਾਫ਼ ਕਰ ਦਿੱਤੀ ਹੈ ਔਰ 10% ਅਗਲੀ ਤਰੀਕ ਤੋਂ ਪਹਿਲਾਂ ਅਸੀਂ ਪਹਿਲਾਂ ਹੀ ਕਰ ਦੇਵਾਂਗੇ, ਔਰ ਜਿਹੜਾ ਨਹਿਰ ਦੇ ਕਿਨਾਰੇ ਦੇ ਉੱਤੇ ਕੂੜੇ ਦਾ ਡੰਪ ਲੱਗਿਆ ਹੋਇਆ ਉਹ ਅਸੀਂ ਦੂਰ ਕਰ ਦੇਵਾਂਗੇ। ਉਸ ਚੀਜ਼ ਦੀ ਅਵਹੇਲਣਾ ਕਰਨ ਕਰਕੇ ਨਗਰ ਨਿਗਮ ਨੂੰ 25,000 ਰੁਪਇਆ ਜੁਰਮਾਨਾ। ਕਦੋਂ ਕੇਸ ਪਾਇਆ ਸੀ ਤੁਸੀਂ ਅਤੇ ਕਿੱਦਾਂ ਕਿੱਦਾਂ ਤਰੀਕਾਂ ਪਈਆਂ ਅਤੇ ਇੱਥੋਂ ਅਫਸਰ ਕਿਹੜੇ ਉੱਥੇ ਪੇਸ਼ ਹੁੰਦੇ ਰਹੇ ਨੇ? ਨਗਰ ਨਿਗਮ ਵੱਲੋਂ ਨਵੰਬਰ 2022 ਤੋਂ ਹੀ ਪੇਸ਼ ਹੁੰਦੇ ਰਹੇ ਨੇ ਅਫਸਰ, ਪਿਛਲੀ ਤਰੀਕ 'ਤੇ ਔਰ ਇਸ ਤਰੀਕ 'ਤੇ ਸ਼੍ਰੀ ਸੰਦੀਪ ਰਿਸ਼ੀ ਜੀ ਖੁਦ ਪੇਸ਼ ਹੋਏ ਪਰਸਨਲੀ, ਔਰ ਪਿਛਲੀ ਵਾਰ ਸੰਦੀਪ ਰਿਸ਼ੀ ਜੀ ਉਹਨਾਂ ਨੇ ਅਸ਼ੋਰੈਂਸ ਦਿੱਤੀ ਸੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੂੰ ਕਿ ਅਸੀਂ ਕੂੜੇ ਦਾ ਡੰਪ ਸ਼ਿਫਟ ਕਰ ਦੇਵਾਂਗੇ, ਇਹ ਨਹਿਰ ਦੇ ਕੰਢੇ ਦੇ ਉੱਤੇ ਕੋਈ ਕੂੜੇ ਦਾ ਡੰਪ ਨਹੀਂ ਰੋਕੂ। ਸਰ ਹੁਣ ਅਗਲੀ ਕੀ ਕਾਰਵਾਈ ਰਹੇਗੀ ਜੇ ਫਿਰ ਵੀ ਹੁਣ ਕਾਰਪੋਰੇਸ਼ਨ ਨਹੀਂ ਕੰਮ ਕਰਦੀ ਤਾਂ ਅਗਲੀ ਕੀ? ਤਾਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਇਸ ਮੁਲਕ ਦੀ ਸਭ ਤੋਂ ਉੱਪਰਲੀ ਬਾਡੀ ਹੈ ਵਾਤਾਵਰਨ ਦੇ ਮਾਮਲੇ ਦੇ ਵਿੱਚ, ਉਹ ਸਖ਼ਤ ਹੁੰਦੀ ਜਾਊਗੀ, ਉਹ ਦੇਖਣਗੇ ਕਿ ਕੀ ਕਰਨਾ ਬਣਦਾ ਜੀ। ਸਰ ਤੁਹਾਡਾ ਨਾਮ ਅਤੇ ਡੈਸਟੀਨੇਸ਼ਨ? ਕੁਲਦੀਪ ਸਿੰਘ ਖਹਿਰਾ ਮੇਰਾ ਨਾਮ ਹੈ ਜੀ, ਪਬਲਿਕ ਐਕਸ਼ਨ ਕਮੇਟੀ ਦਾ ਮੈਂ ਮੈਂਬਰ।